ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਜਿਹੜਾ ਸਿਆਸੀ ਡਰਾਮੇਬਾਜ਼ੀ ਹੋ ਰਹੀ ਆ ਉਹਨੂੰ ਵੇਖਦੇ ਆਂ ਰਾਹੁਲ ਗਾਂਧੀ ਦਾ ਚੀਤਾ ਦਿਨ ਦੌਰਾ ਵਾ ਅਸੀਂ ਰਾਹੁਲ ਗਾਂਧੀ ਜੀ ਦਾ ਪੱਛਪਾ ਪ੍ਰਧਾਨ ਦਾ ਇਹ ਦੋਗਾ ਭਗਵੰਤ ਮਾਂ ਤੇ ਸੁਖਵੀਰ ਬਾਦਲਾ ਪੁੱਤਲਾ ਫੁੱਕੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਵੀ ਤੁਸੀਂ ਸਾਰਿਆਂ ਨੂੰ ਅੱਡ ਅੱਡ ਕਰਕੇ ਨਾ ਵੇਖੋ ਤੇ ਦੋਗਾ 6 ਤਰੀਕ ਦਾ ਹਰਿਆਣੇ ਦਾ ਅੰਦੋਲਨ ਹੈ ਉਹਦਾ ਵੀ ਪੂਰਾ ਅੱਜ ਕਾਮਯਾਬ ਹੋਊਗਾ ਸਨਵਾਸ ਆ ਤੇ ਜਿਹੜਾ 14 ਅਕਤੂਬਰ ਦਾ ਉਹਨੂੰ ਭਰਪੂਰ ਤਰੀਕੇ ਨਾਲ ਆਪਾਂ ਲਾਗੂ ਕਰਾਂਗੇ ਅੱਜ ਕੈਪਟਨ ਸਾਹਿਬ ਨੇ 1 ਲੱਖ ਨੌਕਰੀਆਂ ਦਾ ਫੇਰ ਵਾਦਾ ਕਰਤਾ ਆ ਗਿਆ ਅਸੀਂ ਕਿਹਨੇ ਕੈਪਟਨ ਸਾਹਿਬ ਦੱਸੋ ਪੰਜ ਸਾਲਾਂ ਅਸੀਂ ਕਿਹੜਾ ਮੁੰਡਾ ਪਰਤੀ ਕੀਤਾ ਪੰਜਵਾਂ ਛੇਵੇਂ ਵਾਰੀ ਤੁਸੀਂ ਲਹੜਾ ਲਾਤਾ ਵੀ ਅੱਜ ਪਰਤੀ ਕਰਨੇ ਕੱਲ੍ਹ ਕਰ ਨੋਟੀਫਿਕੇਸ਼ਨ ਉਹਦਾ ਹੁੰਦਾ ਹੀ ਸੋ ਇਹ 2022 ਦੀ ਤਿਆਰੀ ਆ ਤੇ ਪੂਰੀ ਤਰ੍ਹਾਂ ਇਲੈਕਸ਼ਨ ਕੈਂਪੇਨ ਆ ਕਿਸਾਨ ਮਜ਼ਦੂਰ ਲਹਿਰਨਾ ਦਾ ਕੋਈ ਲੈਣਾ ਨਹੀਂ ਸਾਰੇ ਹੀ ਸਿਆਸੀ ਪਾਰਟੀਆਂ ਸਾਡੇ ਅੰਦੋਲਨ ਨੂੰ ਹਾਈਜੈਕ ਕਰਨ ਦੇ ਮਗਰ ਲੱਗੀਆਂ ਹੋਈਆਂ ਵੀ ਜੇ ਕਿਸੇ ਨੇ ਗੱਲ ਕਰਨੀ ਹੋਵੇ ਤਾਂ ਥੋੜੀ ਹੁੰਦੀ ਵੀ ਸਾਨੂੰ ਆ ਕੇ ਮਿਲੋ ਠੀਕ ਹੈ ਜੀ ਥੋੜੀ ਭਾਰਤ ਸਰਕਾਰ ਵਿੱਚ ਕਾਹਦੀ ਕੀ ਆ ਤੁਸੀਂ ਸਾਨੂੰ ਕਹਿੰਦੇ ਮਿਲੋ ਆ ਕੇ ਠੀਕ ਆ ਜਦੋਂ ਤੁਹਾਨੂੰ ਵੋਟਾਂ ਦੀ ਲੋੜ ਹੋਵੇ ਤਾਂ ਅਸੀਂ ਮਿਲੇ ਸੀ ਕਿ ਤੁਸੀਂ ਮਿਲੇ ਸਵਾ ਕੇ ਜਿੰਨੀਆਂ ਵੀ ਸਿਆਸੀ ਪਾਰਟੀਆਂ ਉਹ ਕਰੀਬਨ ਗੁੰਮਰਾਹ ਕਰ ਰਹੀਆਂ ਹਨ ਇਹ ਮੋਦੀ ਦੀ ਇੱਕ ਥਿਉਰੀ ਆ ਦੇਵੀदासਪੁਰੇ ਰੇਲਵੇ ਟਰੈਕ ਤੇ ਕਈ ਦਿਨ ਤੋਂ ਧਰਨਾ ਲੱਗਾ ਵਾ ਉਸ ਧਰਨੇ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਹੁਣੇ ਦੇਖੀਆਂ ਜਿਹਦੇ ਵਿੱਚ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ, ਭਗਵੰਤ ਮਾਨ ਤੇ ਸੁਖਬੀਰ ਬਾਦਲ ਦਾ ਪੂ ਕਲੱਬ ਫੂਕਿਆ ਗਿਆ ਵਾ ਇਸ ਟਾਈਮ ਦੇ ਉੱਤੇ ਤਸਵੀਰਾਂ ਤੁਸੀਂ ਵੇਖੀਆਂ ਸੀ ਦੇਵੀदासਪੁਰ ਤੋਂ ਕਈ ਦਿਨ ਤੋਂ ਤੁਹਾਨੂੰ ਕਾਲ ਚੰਦ ਦੇ ਮਾਧਿਅਮ ਰਹੀ ਜੋੜ ਰਹੇ ਆ ਸਰਵਰ ਸਿੰਘ ਪੰਦੇਸ ਆਣਾ ਜੁੜ ਚੁੱਕੇ ਉਹਨਾਂ ਨਾਲ ਗੱਲਬਾਤ ਕਰਦੇ ਆ ਰਾਹੁਲ ਗਾਂਧੀ ਦੌਰੇ ਨੂੰ ਕਿਵੇਂ ਵੇਖਦੇ ਆ ਬਾਦਲਾ ਨੇ ਤਿੰਨ ਤੱਕ ਸਾਬਾਨਾ ਤੋਂ ਰੈਲੀ ਕੱਢੀ ਉਹਨੂੰ ਕਿਵੇਂ ਦੇਖਦੇ ਆ ਮੋਦੀ ਸਰਕਾਰ ਕਹਿ ਰਹੀ ਹੈ ਗੱਲਬਾਤ ਕਰੋ ਆਣ ਕੇ ਸਾਰੀਆਂ ਗੱਲਾਂ ਨੂੰ ਕਿਵੇਂ ਵੇਖਦੇ ਆ ਪੰਦੇਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਆਪਾਂ ਉਹਨਾਂ ਰੇਲ ਰੋਕ ਕੋ 13 ਦਿਨ ਚਲਾ ਗਿਆ ਸੰਜ ਅੰਦੋਲਨ ਵਿੱਚ 6 ਦਿਨ ਵਿੱਚ ਦਾਖਲ ਹੋ ਗਿਆ ਅੱਜ ਜਿਹੜਾ ਸੈਸੀ ਡਰਾਮੇਬਾਜ਼ੀ ਹੋ ਰਹੀ ਆ ਉਹਨੂੰ ਵੇਖਦੇ ਆ ਰਾਹੁਲ ਗਾਂਧੀ ਦਾ ਚੀਜ਼ਾ ਦਿਨ ਦੌਰਾ ਵਾ ਅਸੀਂ ਰਾਹੁਲ ਗਾਂਧੀ ਜੀ ਦਾ ਭਾਜਪਾ ਪ੍ਰਧਾਨ ਦਾ ਇਹਦੋਂ ਦਾ ਭਗਵੰਤ ਮਾਨ ਤੇ ਸੁਖਵੀਰ ਬਾਲਰ ਦਾ ਪਤਲਾ ਫੋਕ ਕੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਨੇ ਵੀ ਤੁਸੀਂ ਸਾਰਿਆਂ ਨੂੰ ਅੱਡ ਅੱਡ ਕਰਕੇ ਨਾ ਵੇਖੋ ਇਨਾਂ ਦੀਆਂ ਜਿਹੜੀਆਂ ਸਾਮਰਾਜੀ ਨੀਤੀਆਂ ਸਾਰੇ ਉਹਦੇ ਵੱਡੇ ਚੱਟੇ ਨੇ ਜਿਹੜੀਆਂ ਨੀਤੀ ਪਾਜ ਪਾਜ ਲਾਗੂ ਕਰ ਰਹੀ ਉਹਦੇ ਲਈ ਕਾਂਗਰਸ ਬਰਾਬਰ ਦੀ ਜ਼ਿੰਮੇਵਾਰ ਹੈ ਜਿਹੜਾ ਰਾਹੁਲ ਜੀ ਨੇ ਵਾਅਦਾ ਕਰਤਾ ਪਏ ਅਸੀਂ ਆਗੇ ਤੇ ਕਾਨੂੰਨ ਪਾੜ ਕੇ ਰਦੀ ਦੀ ਟੋਕਰੀ ਛੁੱਟ ਦਾਂਗੇ ਚੰਗੀ ਗੱਲ ਆ ਪਰ ਉੱਤੇ ਭਰੋਸਾ ਕਿਵੇਂ ਕਰੀਏ ਕਾਂਗਰਸ ਜਦੋਂ ਆਈ ਆ ਉਹਨੇ ਕਰਜ਼ੇ ਵਾਲਾ ਲਾਰਾ ਲਾਇਆ ਪੰਜਾਬ ਚ ਰਾਜਸਥਾਨ ਚ ਛੱਤੀਸਗੜ੍ਹ ਦੇ ਵਿੱਚ ਐਮਪੀ ਵਾਲੀ ਪੰ ਸਰਕਾਰ ਚਲੀ ਗਈ ਆ ਉੱਥੇ ਤਾਂ ਵਾਅਦੇ ਵਫਾ ਨਹੀਂ ਹੋਏ ਹੁਣ ਇਹ ਨਵੇਂ ਵਾਅਦੇ ਨੂੰ ਅਸੀਂ ਕਿਹੜੀ ਸੰਦਰਭ ਵਿੱਚ ਦੇਖੀਏ ਅੱਜ ਕੈਪਟਨ ਸਾਹਿਬ ਨੇ 1 ਲੱਖ ਨੌਕਰੀਆਂ ਦਾ ਫੇਰ ਵਾ ਅਸੀਂ ਕਿਹਨੇ ਕੈਪਟਨ ਸਾਹਿਬ ਦੱਸੋ ਪੰਜ ਸਾਲਾਂ ਅਸੀਂ ਕਿਹੜਾ ਮੁੰਡਾ ਪਰਤੀ ਕੀਤਾ ਪੰਜਵਾਂ ਛੇਵੇਂ ਵਾਰੀ ਤੂੰ ਲਹੜਾ ਲਾਤਾ ਵੀ ਅੱਜ ਪਰਤੀ ਕਰਨੇ ਕੱਲ ਕਰ ਨੋਟੀਫਿਕੇਸ਼ਨ ਉਹਦਾ ਹੁੰਦਾ ਹੀ ਨਹੀਂ ਹੈਗਾ ਜਾਂ ਤਾਂ ਕੱਲ ਨੋਟੀਫਿਕੇਸ਼ਨ ਕਰਕੇ ਪਰਤੀ ਦੀ ਡੇਟ ਕੱਢ ਲਓ ਅਸੀਂ ਮੰਨੀਆਂ ਵੀ ਠੀਕ ਅਰਜ਼ੀਕਾਰ ਮਿਲ ਗਿਆ ਸੋ ਇਹ 2022 ਦੀ ਤਿਆਰੀ ਆ ਤੇ ਪੂਰੀ ਤਰ੍ਹਾਂ ਇਲੈਕਸ਼ਨ ਕੈਂਪੇਨ ਆ ਕਿਸਾਨ ਮਜ਼ਦੂਰ ਲਹਿਰਨਾ ਦਾ ਕੋਈ ਲੈਣਾ ਨਹੀਂ ਸਾਰੇ ਹੀ ਸਿਆਸੀ ਪਾਰਟੀਆਂ ਸਾਡੇ ਅੰਦੋਲਨ ਨੂੰ ਹਾਈਜੈਕ ਕਰਨ ਦੇ ਮਗਰ ਲੱਗੀਆਂ ਹੋਈਆਂ ਤੇ ਮੀਡੀਆ ਦੇ ਵਿੱਚ ਸਾਡੀ ਸਪੇਸ ਨੂੰ ਬਿਲਕੁਲ ਘੱਟ ਕਰ ਦਿੱਤਾ ਗਿਆ ਕਿਉਂਕਿ ਅਸੀਂ ਐਡ ਨਹੀਂ ਦੇ ਸਕਦੇ ਕਿਸਾਨ ਮਜ਼ਦੂਰ ਰੁਪਈਆ ਰੁਪਈਆ ਇਕੱਠਾ ਕਰਕੇ ਲੜਦੇ ਆ ਅਸੀਂ ਵੀ ਐਡ ਦਿੰਦੇ ਸਾਡੀ ਘੰਟੇ ਮੱਦੀ ਉੱਥੇ ਚੱਲਣੀ ਸੀ ਡਿਬੇਟ ਹੁਣ ਕਾਂਗਰਸ ਦੀ ਇਹ ਵੀ ਚਾਲ ਉਹਦੀ ਕਾਂਗਰਸ ਦੀ ਆਪੋਚ ਉਹਦੀ ਕਲੇਸ਼ ਦੇ ਉੱਤੇ ਵੱਡਾ ਮੀਡੀਆ ਦਾ ਸਮਾਂ ਲੰਘ ਰਿਹਾ ਵਾ ਵੀ ਉਹ ਕੀ ਕਰ ਰਹੇ ਕਿੱਧਰ ਜਾ ਰਹੇ ਸੋ ਇਸ ਕਰਕੇ ਉਹਦੇ ਚੋਂ ਕਾਮਯਾਬ ਰਹੇ ਨੇ ਸੋ ਇਸ ਕਰਕੇ ਲੋਕਾਂ ਨੂੰ ਸचेत ਕਰਦੇ ਆਂ ਵੀ ਇਹ ਇਹਦੇ ਉੱਲ ਇਹ ਤੋਂ ਗਾਹਾਂ ਜਿਹੜਾ ਸਾਡਾ ਚੱਲ ਰਿਹਾ ਸੰਘਰਸ਼ ਮਾਲਸ ਦੇ ਅੱਗੇ ਟੋਲ ਪਲਾਜ਼ਿਆਂ ਦੇ ਅੱਗੇ ਪੈਟਰੋਲ ਪੰਪ ਦੇ ਅੱਗੇ ਇਹ ਤੋਂ ਕਾਹ ਬਾਰਡਰ ਤੇ ਚੱਲ ਰਿਹਾ ਸ਼ੰਭੂ ਦੇ ਉੱਤੇ ਪੱਜਪਾ ਦੇ ਘਰਾਂ ਅੰਗੇ ਚੱਲ ਰਿਹਾ ਬੜੀ ਕਾਮਯਾਬੀ ਨਾਲ ਪੰਜਾਬ 'ਚ ਚੱਲ ਰਿਹਾ ਵਾ ਤੇ ਇਹ ਤੋਂ ਕਾਹ ਜਿਹੜਾ 6 ਤਰੀਕ ਦਾ ਹਰਿਆਣੇ ਦਾ ਅੰਦੋਲਨ ਹੈ ਉਹਦਾ ਵੀ ਪੂਰਾ ਅੱਜ ਕਾਮਯਾਬ ਹੋਊਗਾ ਸਨਵਾਸ ਆ ਤੇ ਜਿਹੜਾ 14 ਅਕਤੂਬਰ ਦਾ ਉਹਨੂੰ ਭਰਪੂਰ ਤਰੀਕੇ ਨਾਲ ਆਪਾਂ ਲਾਗੂ ਕਰਾਂਗੇ ਤੇ ਲੋਕ ਪੂਰੀ ਤਰ੍ਹਾਂ ਇਸ ਅੰਦੋਲਨ ਵਿੱਚ ਵੱਧ ਚੜ ਕੇ ਹਿੱਸਾ ਲੈ ਰਿਹਾ ਜਿਹੜੀਆਂ ਕਨਸੋਆਂ ਜੀਆਂ ਆ ਰਹੀਆਂ ਨੇ ਵੀ ਸਰਕਾਰ ਗੱਲ ਕਰਨਾ ਚਾਹੁੰਦੀ ਆ ਗੱਲਬਾਤ ਦਾ ਕੋਈ ਸਿਰਮੂ ਨਹੀਂ ਹੈਗਾ ਸਰਕਾਰ ਟੋਵਾ ਟਵਾਈ 'ਚ ਵੱਧ ਲੱਗੀ ਆ ਮੀਡੀਆ 'ਚ ਪ੍ਰਚਾਰ ਕੇ ਲੋਕਾਂ ਨੂੰ ਤੋ ਉਹ ਗੱਲਬਾਤ ਸਸਲਵੇ ਕਰਨਾ ਹੀ ਨਹੀਂ ਚਾਹੁੰਦੇ ਜੇ ਕਰਨਗੇ ਵੀ ਤਾਂ ਉਹਦੇ ਵਿੱਚ ਕੋਈ ਮਸਲੇ ਨਹੀਂ ਹੱਲ ਚੱਲੇ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਨਹੀਂ ਹਾਲ ਇਹ ਅੰਦੋਲਨ ਬਾਹਰ ਹਾਲ ਲੰਮਾ ਜਾਊਗਾ ਸੇ ਲੋਕਾਂ ਨੂੰ ਕਹਿੰਦੇ ਮਾਨਸਿਕ ਤਿਆਰੀ ਰੱਖੋ ਤੇ ਲੰਮੇ ਦਾਤੋਂ ਲੜਨ ਦੀ ਤਿਆਰੀ ਕਰੋ ਤਾਂ ਜੋ ਲੰਮੇ ਸੰਘਰਸ਼ਾਂ ਤੋਂ ਹੀ ਇਹ ਇਹ ਕੋਲ ਦੀ ਜਿੱਤ ਜਿਹੜੀ ਆ ਉਹ ਪ੍ਰਾਪਤ ਕੀਤੀ ਜਾ ਸਕੀ। ਭਾਜਪਾ ਦੇ ਨੇਤਾ ਬਾਰ-ਬਾਰ ਆਵਾਜ਼ ਦੇ ਰਹੇ ਆ ਤਰੁਣ ਚੁਗ ਵੀ ਕਹਿ ਰਿਹਾ ਕਿ ਸਾਨੂੰ ਅਣਕੇ ਮਿਲੋ ਅਸੀਂ ਤੁਹਾਨੂੰ ਮੋਦੀ ਨੂੰ ਮਲਾਉਨੇ ਆ ਉਦੋਂ ਦੇ ਪਾਸੇ ਹੰਸਰਾਜ ਕਹਿ ਰਿਹਾ ਕਿ ਆਓ ਮੈਂ ਤੁਹਾਨੂੰ ਮੋਦੀ ਨੂੰ ਮਲਾਉਣਾ ਤੁਹਾਨੂੰ ਲੱਗਦਾ ਕਿ ਇਹ ਸਾਰੀਆਂ ਚਾਲਾਂ ਵਾਂ ਇੱਚ ਕੋਈ ਮਿਲਾ ਸਕਦੇ ਆ ਜਾਂ ਕੋਈ ਹੱਲ ਨਿਕਲ ਸਕਦਾ ਇਹਦੇ ਮਾਰੇ। ਨਹੀਂ ਥੋੜਾ ਹੁੰਦਾ ਸਰਕਾਰ ਚ ਉਹਨਾਂ ਨੂੰ ਸਰਕਾਰ ਨਹੀਂ ਚਾਹੀਦਾ ਤਰੁਣ ਵੀ ਜੇ ਕਿਸੇ ਨੇ ਗੱਲ ਕਰਨੀ ਹੋਵੇ ਤਾਂ ਥੋੜੀ ਹੁੰਦੀ ਵੀ ਸਾਨੂੰ ਆ ਕੇ ਮਿਲੋ ਠੀਕ ਹੈ ਜੀ ਥੋੜੀ ਭਾਰਤ ਸਰਕਾਰ ਵਿੱਚ ਕਾਹਦੀ ਕੀ ਆ ਤੁਸੀਂ ਸਾਨੂੰ ਕਹਿੰਦੇ ਮਿਲੋ ਆ ਕੇ ਠੀਕ ਆ ਜਦੋਂ ਤੁਹਾਨੂੰ ਵੋਟਾਂ ਦੀ ਲੋੜ ਹੋਵੇ ਤਾਂ ਅਸੀਂ ਮਿਲੇ ਸੀ ਕਿ ਤੁਸੀਂ ਮਿਲੇ ਸਵਾ ਕੇ ਸੋ ਜੇ ਭਾਰਤ ਸਰਕਾਰ ਨੇ ਗੱਲ ਹੋਈ ਦੀ ਬਿਊਰੋਕ੍ਰਾਟੀ ਕਿੰਨੇ ਬਿਊਰੋਕ੍ਰਾਟ ਆ ਕਿੰਨੇ ਅਫਸਰਸ ਆਈ ਆ ਆਪੇ ਟਾਕ ਹੋ ਜਾਂਦੀ ਦੀ ਉਹ ਗੱਲ ਨਹੀਂ ਕਰਨਾ ਚਾਹੁੰਦੇ ਸਿਰਫ ਲੋਕਾਂ ਦੇ ਵਿੱਚ ਕਰਲ ਕਰਨਾ ਚਾਹੁੰਦੇ ਆ ਕੋਈ ਵੀ ਨਹੀਂ ਮਿਲ ਜਾਊਗਾ ਇਹ ਚੋਕ ਜੀ ਤੇ ਸੁਣ ਲੈਣ ਵੀ ਜੇ ਤੁਹਾਨੂੰ ਲੋੜ ਆ ਕਿਸਾਨ ਲੀਡਰਾਂ ਨਾਲ ਗੱਲ ਕਰ ਲੈ ਭਾਰਤ ਸਰਕਾਰ ਤੁਹਾਨੂੰ ਮਿਲ ਨਹੀਂ ਆਉਣਾ ਵੀ ਸਾਨੂੰ ਫੋਟੋਆਂ ਖਚਾ ਠੀਕ ਆ ਲੋਕ ਲੜ ਰਿਹਾ ਤੇ ਲੜਦੇ ਰਹਿਣਗੇ ਤੇ ਲੋਕਾਂ ਦੇ ਲੋਕਾਂ ਲੋਕ ਤੁਸੀਂ ਵੇਖੋ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਲੋਕ ਜਿੱਤ ਕੇ ਬਖਾ ਲੈਣਗੇ ਇਹਨਾਂ ਨੂੰ ਕੋਲ ਤਿੰਨ ਦਿਨ ਦੀ ਰਾਹੁਲ ਗਾਂਧ ਨੂੰ ਡੈਲੀ ਨੂੰ ਕਿਵੇਂ ਦੇਖਦੇ ਆ ਅੱਜ ਉਹਨਾਂ ਨੇ ਐਂਟਰੀ ਕਰਨੀ ਆ ਹਰਿਆਣੇ ਦੇ ਵਿੱਚ ਵੀ ਇਸ ਨੂੰ ਸਾਰੇ ਨੂੰ ਕਿਵੇਂ ਅਸੀਂ ਪਹਿਲੋ ਸਪਸ਼ਟ ਕਰਤਾ ਵੀ ਸਾਰਾ ਸਿਆਸੀ ਡਰਾਮਾ ਉਹ ਤਾਂ ਕਿਸਾਨ ਮਜ਼ਦੂਰ ਅੰਦੋਲਨ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਸਿਰਫ ਤੇ ਸਿਰਫ ਆਪਣੀ ਗਵਾਚੀ ਹੋਈ ਜਿਹੜੀ ਕਾਂਗਰਸ ਸ਼ਾਖ ਹੈ ਉਹਨੂੰ ਬਹਾਲ ਕਰਨ ਦਾ ਯਤਨ ਕਰ ਰਹੀ ਆ ਹੋਰ ਅੰਦੋਲਨ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਆਡਾ ਅੰਦੋਲਨ 14 ਤਰੀਕ ਨੂੰ ਕੀ ਪ੍ਰੋਗਰਾਮ ਇੱਥੇ ਹੈਗਾ ਤੁਹਾਡਾ ਆ ਵੇਖੋ 14 ਤਰੀਕ ਦਾ ਅਸੀਂ ਪ੍ਰੋਗਰਾਮ ਹੈ ਜੀ 8 ਤਰੀਕ ਆ ਇਹ 8 ਤਰੀਕ ਨੂੰ ਮੀਟਿੰਗ ਹੋਣੀ ਹੈ ਕੱਲ ਆ ਜੀ ਉਹ ਕੱਲ ਵਾਲੀ ਮੀਟਿੰਗ ਦੇ ਵਿੱਚ ਗਾਹ ਜਾ ਕੇ ਡਿਸੀਜਨ ਲਾਂਗੇ ਕਿ 14 ਤਰੀਕ ਨੂੰ ਉਸ ਅੰਦੋਲਨ ਨੂੰ ਸਮਰਪਿਤ ਕੱਲ੍ਹ ਕੀ ਕੀਤਾ ਜਾਊਗਾ ਧੰਨਵਾਦ ਜੀ ਇਸ ਹਨ ਪੰਦੇਰ ਸਾਹਿਬ ਜਿਹੜੇ ਇਸ ਟਾਈਮ ਜੁੜੇ ਹੈਗੇ ਆ ਦੇਵੀ ਦਾਸ ਪਿੰਡ ਤੋਂ ਅਕਾਲ ਚੌਂ ਦੇ ਮਾਧਿਅਮ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਉਂਕਿ ਕਿਸਾਨ ਮੋਰਚਾ ਕਈ ਦਿਨ ਤੋਂ ਉੱਥੇ ਲੱਗਾ ਹੋਆ ਰੇਲਵੇ ਟਰੈਕ ਬੰਦ ਕੀਤਾ ਹੋਇਆ ਵਾ ਇੱਕੋ ਹੀ ਆਵਾਜ਼ ਆ ਕੀ ਇਹ ਜਿਹੜਾ ਆਰਡੀਨੈਂਸ ਤੋਂ ਬਾਅਦ ਬਿੱਲ ਬਣ ਚੁੱਕਾ ਇਹਨੂੰ ਵਾਪਸ ਲਿਆ ਜਾਵੇ ਇਹ ਤੋਂ ਘੱਟ ਕੋਈ ਵੀ ਸੌਦਾ ਪਰਵਾਹ ਨਹੀਂ ਕਰ ਤੇ ਸਿਆਸੀ ਨੇਤਾਵਾਂ ਦੀ ਗੱਲ ਕੀਤੀ ਆ ਜੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਆਂ ਰਾਹੁਲ ਗਾਂਧੀ ਦੀ ਗੱਲ ਕਰਦੇ ਆਂ ਭਗਵੰਤ ਮਾਨ ਦਾ ਪੁੱਤਲਾ ਫੁਕਿਆ ਗਿਆ ਵਾ ਇਸ ਟਾਈਮ ਤੇ ਮੋਦੀ ਦਾ ਪੁੱਤਲਾ ਫੁਕਿਆ ਗਿਆ ਵਾ ਸਾਰੇ ਹੀ ਸਿਆਸੀ ਰੋਟੀਆਂ ਸੇਕ ਰਹੇ ਆ ਤੇ ਇਹਨਾਂ ਦੀ ਹਮਦਰਦੀ ਕਿਸੇ ਦੀ ਵੀ ਇਸ ਮੋਰਚੇ ਦੇ ਨਾਲ ਨਹੀਂ ਗਈ ਇਹ ਸਹਿਜ ਸਰਵਨ ਸਿੰਘ ਪੰਦੇਰ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਦੀ ਕਿਸੇ ਦੀ ਹਮਦਰਦੀ ਮੋਰਚੇ ਨੇ ਕਿ ਕੇਵਲ ਇਹ ਸਿਆਸੀ ਰੋਟੀਆਂ ਸੇਕ ਰਿਹਾ ਤੇ 2022 ਦੀ ਗਰਾਊਂਡ ਬਣਾਉਣਾ ਚਾਹੁੰਦੇ ਆ ਕੇਵਲ ਵੋਟ ਬੈਂਕ ਬਣਾਉਣਾ ਚਾਹੁੰਦੇ ਆ ਕਿ 2022 ਦੇ ਵਿੱਚ ਸਿਆਸੀ ਗਰਾਊਂਡ ਕਿਵੇਂ ਬਣ ਸਕਦੀ ਆ ਇਹ ਵੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਨੂੰ ਜਾਂਦਾ ਇਹ ਜਿਹੜਾ ਉਲੀਕਿਆ ਹੋਇਆ ਰੂਪਰੇਖਾ ਇਹ ਸਾਰੇ ਅੰਦੋਲਨ ਦੀ ਅਤੇ 8 ਤਰੀਕ ਨੂੰ ਦੱਸਿਆ ਕਿ 8 ਤਰੀਕ ਨੂੰ ਇੱਕ ਪ੍ਰੋਗਰਾਮ ਹੋਣ ਜਾ ਰਿਹਾ ਕਿਸਾਨ ਜਿੱਥੇ ਬੰਦੇ ਇਕੱਠ ਹੋਣ ਜਾ ਰਿਹਾ ਉਸ ਤੋਂ ਬਾਅਦ ਚ ਅਗਲਾ ਪ੍ਰੋਗਰਾਮ ਲੀਕ ਕੀਤਾ ਜੋ 14 ਤਰੀਕ ਨੂੰ ਜ਼ਰੂਰ ਕੋਈ ਨਾ ਕੋਈ ਪ੍ਰੋਗਰਾਮ ਦਿੱਤਾ ਜਾਊਗਾ ਤੇ ਅੱਜ ਦੇ ਇਕੱਠ ਦੀ ਜ਼ਰੂਰ ਉਹਨਾਂ ਗੱਲ ਕੀਤੀ ਕਿ ਹਰਿਆਣਾ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਜਿਹੜਾ ਅੱਜ ਦਾ ਉਹ ਵੀ ਕਾਮਯਾਬ ਹੋਊਗਾ ਪੰਜਾਬ ਦੀ ਤਰ੍ਹਾਂ ਤੇ ਆਉਣਲੇ ਸਮੇਂ ਦੇ ਵਿੱਚ ਇੱਕ ਲਹਿਰ ਬਣੂਗੀ ਜਿਹੜਾ ਕਿ ਮੋਦੀ ਸਰਕਾਰ ਨੂੰ ਖਲਾਸ ਸਕਦੀ ਹੈ ਕਿਸਾਨੀ ਦੀ ਗੱਲ ਹੋ ਰਹੀ ਆ ਕਿਸਾਨੀ ਮੋਰਚਿਆਂ ਦੀ ਗੱਲ ਹੋ ਰਹੀ ਆ ਉਹਦੇ ਵਿੱਚ ਜਿੱਥੇ ਸਮਾਜ ਸੇਵੀ ਸੰਸਥਾਵਾਂ ਆ ਗਈਆਂ ਕਲਾਕਾਰ ਭਾਈਚਾਰਾ ਆ ਗਿਆ ਆ ਤੇ ਜੇ ਅਕਾਲੀ ਦਰਬਾਰ ਬੱਲ ਦੀ ਗੱਲ ਕਰ ਰਹੇ ਆ ਤੇ ਉਹ ਵੀ ਕਹਿ ਰਿਹਾ ਕਿ ਮੈਂ ਵੀ ਕਿਸਾਨ ਦਾ ਬੇਟਾ ਵਾਂ ਕੈਪਟਨ ਮਰਿੰਦਰ ਸਿੰਘ ਰੈਲੀਆਂ ਕੱਢ ਰਹੇ ਆ ਆਪਣੀ ਹੋਂਦ ਬਚਾਉਣ ਦੀ ਖਾਤਰ ਸਰਮ ਸਿੰਘ ਪੰਦੇਰ ਨੇ ਜਿਵੇਂ ਦੱਸਿਆ ਜੇ ਆਪਾਂ ਭਾਜਪਾ ਦੀ ਗੱਲ ਕਰਦੇ ਆਂ ਤੇ ਉਹ ਕਹਿੰਦੇ ਆ ਉਹ ਸਾਨੂੰ ਮਿਲੋ ਅਸੀਂ ਇਹਦਾ ਕੋਈ ਨਾ ਕੋਈ ਹੱਲ ਕੱਢਾਂਗੇ ਆਰਡੀਨੈਂਸ ਤੇ ਨਹੀਂ ਵਾਪਸ ਹੋ ਸਕਦਾ ਬਿੱਲ ਤੇ ਨਹੀਂ ਵਾਪਸ ਲੈ ਜਾਣਗੇ ਪਰ ਹੱਲ ਜ਼ਰੂਰ ਨਿਕਲੂਗਾ ਵੇਖਦੇ ਆ ਇਹ ਭਾਜਪਾ ਦੀਆਂ ਦੋਹਰੀਆਂ ਨੀਤੀਆਂ ਕਿ ਤਣੂ ਲੈ ਕੇ ਜਾਂਦੀਆਂ ਕਿਸਾਨ ਨੂੰ ਤੇ ਸਰਮਨ ਸਿੰਘ ਭੰਦੇਲ ਸਾਫ਼ ਕਰ ਚੁੱਕੇ ਆ ਕਿ ਅਸੀਂ ਨਹੀਂ ਮਿਲਣਾ ਤੁਸੀਂ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਸੀਂ ਸਾਨੂੰ ਮਿਲ ਸਕਦੇ ਆ ਅਸੀਂ ਹੰਸਰਾਜ ਹੰਸ ਦੇ ਆਖੇ ਇਲਾਕੇ ਜਾਂ ਤਰਨੂチュਕ ਦੇ ਆਖੇ ਲਾਕੇ ਤੁਹਾਨੂੰ ਮਿਲਣ ਵਾਸਤੇ ਮੋਦੀ ਨੂੰ ਨਹੀਂ ਪਹੁੰਚ ਸਕਦੇ ਜੇ ਉਹਨਾਂ ਨੂੰ ਲੱਗਦਾ ਤੇ ਸਾਨੂੰ ਸਪੈਸ਼ਲ ਤੌਰ ਤੇ ਸਰਦਾ ਭੇਜਣ ਫਿਰ ਹੋ ਸਕਦਾ ਗੱਲਬ ਉਹਦੇ ਵਿੱਚ ਇਹ ਸਾਰੇ ਮੁੱਦੇ ਵਿਚਾਰੇ ਜਾਣਗੇ ਇਹਨਾਂ ਵਿਚਾਰ ਅਧੀਨ ਮੁੱਦਿਆਂ ਨੂੰ ਅੱਗੇ ਕਿਸ ਤਰ੍ਹਾਂ ਤੁਰਿਆ ਜਾਊਗਾ ਜਿੱਥੇ ਕਿ ਸਮਾਜਿਕ ਸੰਸਥਾਵਾਂ ਇਹ ਕਿਸਾਨ ਮੋਰਚੇ ਦੇ ਨਾਲ ਲੱਗੀਆਂ ਹੋਈਆਂ ਉੱਥੇ ਭਾਈ ਬਲਵਿੰਦਰ ਸਿੰਘ ਲੋਪੋਕੇ ਸਪੈਸ਼ਲ ਤੌਰ ਤੇ ਪਹੁੰਚੇ ਹੈਗੇ ਆ ਹਜ਼ੂਰੀ ਰੱਗੀ ਆ ਵੱਡਾ ਯੋਗਦਾਨ ਆ ਉਹਨਾਂ ਦਾ ਵੀ ਇਸ ਮੋਰਚੇ ਦੇ ਵਿੱਚ ਪਹਿਲਾਂ ਫਤੇ ਸੰਜਪੂ ਨੇ ਵੀਰ ਜੀ ਵਾਹਿਗੁਰੂ ਜੀ ਕਾਕਾ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਵੀ ਚੇਚੇ ਤੌਰ ਤੇ ਪਹੁੰਚੇ ਹੋ ਕਈ ਦਿਨਾਂ ਦੀ ਆਵਾਜ਼ ਸੀ ਮੋਰਚੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਲਾਕਾਰ ਭਾਈ ਚਰਾਵੇ ਨਾਲ ਚੱਲ ਪਿਆ ਇਸ ਟਾਈਮ ਦੇ ਉੱਤੇ ਕਿਸਾਨੀ ਸੜਕਾਂ ਦੇ ਉੱਤੇ ਆ ਉਧਰੋਂ ਫਸਲਾਂ ਪੱਕੀਆਂ ਪਈਆਂ ਵਾਂ ਪਰ ਜਦੋਂ ਜਦ ਕਰਨੀ ਪੈ ਰਹੀ ਆ ਹਰ ਸੰਘਰਸ਼ ਲੜ ਕੇ ਹੀ ਸਾਇਦ ਸਿੱਖਾਂ ਨੂੰ ਆਪਣੀ ਹੋਂਦ ਬਚਾਉਣੀ ਪੈਂਦੀ ਆ ਜਦੋਂ ਵੀ ਕਿਤੇ ਲੋੜ ਪੈਂਦੀ ਆ ਤੇ ਸੰਘਰਸ਼ ਵਾਸਤੇ ਜਾਰੇ ਲਾਂ ਰੋਕੀਆਂ ਜਾਂਦੀਆਂ ਜਾਂ ਰੋਡ ਰੋਕ ਕੇ ਜਾਂਦੀਆਂ ਗੋਲੀਆਂ ਖਾਦੀਆਂ ਜਾਂਦਾ 80% ਕੁਰਬਾਨੀਆਂ ਦੀ ਗੱਲ ਕਰੀਏ ਤੇ ਅਸੀਂ ਕਹਿੰਦੇ ਆ ਕਿ ਭਾਰਤ ਸਰਕਾਰ ਭਾਰਤ ਨੂੰ ਜਾਦ ਕਰਾਉਣ ਵਾਸਤੇ 80% ਕੁਰਬਾਨੀਆਂ ਵੀ ਸਿੱਖਾਂ ਨੇ ਦਿੱਤੀਆਂ ਪਰ ਜਦੋਂ ਸਾਨੂੰ ਲੋੜ ਪੈਂਦੀ ਆ ਉਦੋਂ ਸਾਨੂੰ ਰੇਲਵੇ ਟਰੈਕ ਬੰਦ ਕਰਨੇ ਪੈਂਦੇ ਆ ਜਾਂ ਰੋਡ ਬੰਦ ਕਰਨੇ ਬਿਲਕੁਲ ਜੋ ਤੁਸੀਂ ਕਿਹਾ ਉਹ ਸਹੀ ਹੈ ਅੱਜ ਜਿਹੜਾ ਮਸਲਾ ਚੱਲ ਰਿਹਾ ਨਾ ਕਿਸਾਨੀ ਦਾ ਇਹ ਇਕੱਲਾ ਕਿਸਾਨੀ ਦਾ ਨਹੀਂ ਆ ਸਾਡਾ ਵजूद ਦਾ ਮਸਲਾ ਹੈ ਜਿਹੜੀ ਸਰਦਾਰੀ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਉਡਾਨੇ ਦਿੱਤੀ ਸਾਨੂੰ ਕਾਮਿਆਂ ਤੋਂ ਮਾਲਕ ਬਣਾਇਆ ਔਰ ਜੋ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਦਾਤਾ ਵੀ ਪੰਜਾਬੀ ਲੋਕ ਦਾਤੇ ਬਣ ਕੇ ਵਿਚਰਦੇ ਆ ਹਮੇਸ਼ਾ ਦੇਣ ਵਾਲੇ ਅੱਜ ਇਹੋ ਜਿਹੇ ਚੱਕਰ ਵੀ ਉਹਨਾਂ ਬਣਿਆ ਗਿਆ ਸਰਕਾਰ ਵੱਲੋਂ ਵੀ ਇਹਨਾਂ ਨੂੰ ਕਿਸ ਤਰੀਕੇ ਨਾਲ ਫਿਰ ਕੰਮ ਹੀ ਬਣਾ ਦਿੱਤਾ ਜਾਏ ਜਦੋਂ ਇਹਨਾਂ ਦੇ ਹੱਕ ਖੋਹ ਲੈ ਜਾਣਗੇ ਇਹਨਾਂ ਦੇ ਅਵਜੂਦ ਹੀ ਆਪਣਾ ਖਤਮ ਕਰ ਦਿੱਤਾ ਜਾਏਗਾ ਇਹ ਮੁਜਾਰੇ ਬਣ ਗਏ ਕੰਮੇ ਬਣ ਗਏ ਤੇ ਫਿਰ ਇਹਨਾਂ ਦੀ ਅਣਖਗਾਰਤਾ ਆਪਣੇ ਆਪ ਹੀ ਖਤਮ ਹੋ ਜਾਣੀ ਉਹ ਫਿਰ ਇਹ ਇਹਨਾਂ ਬਿੱਲਾਂ ਦੇ ਨਾਂ ਤੇ ਖੇਤੀਬਾੜੀ ਜਿਹੜੇ ਬਿੱਲ ਨੇ ਤਿੰਨ ਬਿੱਲ ਨੇ ਜਿਹੜੇ ਉਹਨਾਂ ਰਾਈ ਕਉ ਤੁਸੀਂ ਸਾਡੇ ਨਾਲੋਂ ਬਿਹਤਰ ਜਾਣਦੇ ਹੋ ਕਿ ਕਿਵੇਂ ਉਹ ਬੜੀ ਡੂੰਗੀ ਸਾਜ਼ਿਸ਼ ਦੇ ਅਧੀਨ ਉਹ ਮਤਲਬ ਹਥਲ ਨੇ ਹੱਥਾ ਕਰ ਦਿੱਤਾ ਜਾਇਆ ਗਿਆ ਕਿਸਾਨ ਨੂੰ ਉਹਨਾਂ ਦੀਆਂ ਜ਼ਮੀਨਾਂ ਉਹ ਠਿਕ ਕੰਟਰੈਕਟ ਫਾਰਮਿੰਗ ਦੇ ਨਾਂ ਤੇ ਖੋਲੀਆਂ ਜਾਣਗੀਆਂ ਅੱਜ ਵੀ ਮੈਂ ਹੁਣ ਇਸ ਵੀ ਸੁਣ ਰਿਹਾ ਸੀ ਗੁਰੂ ਪਿਆਰਿਆ ਜੀ ਕਿ ਐਮਐਸਪੀ ਜਿਹੜੀ ਆ ਉਹ ਉਹ ਵਧਣੀ ਚਾਹੀਦੀ ਸੀ ਜਿਹਦਾ ਰੇਟ ਕਿਸਾਨੀ ਦਾ ਜਿਹੜਾ ਅੱਜ ਦਾ ਰੇਟ ਉਹ ਵਧਣਾ ਚਾਹੀਦਾ ਹੈ ਅਸੀਂ ਵੇਖਦੇ ਹਾਂ ਪਿਛਲੇ ਸਾਲਾਂ ਚ ਅੱਜ ਤੋਂ 5 ਸਾਲ ਪਹਿਲਾਂ ਤੱਕ ਵੀ 3-3000 35-35 ਨੂੰ ਇੱਥੇ ਤੱਕ ਵੀ 5000 ਰੁਪਏ ਬਸਤੀ ਵਿਕਦੀ ਰਹੀ ਹੈ 6000 ਨੂੰ ਵੀ ਉਹ ਕਰਦਿਆਂ ਕਰਾਉਂਦੇ ਅੱਜ 1500 1600 1700 1800 ਰੇਟ ਆ ਹਨ ਹੁਣ ਜਿਹੜੇ ਦਵਾਈਆਂ ਦੇ ਵੇਖੀਏ ਦਵਾਈਆਂ ਦੇ ਰੇਟ ਵਧਦੇ ਜਾ ਰਹੇ ਆ ਖਾਦਾਂ ਦੇ ਰੇਟ ਵਧਦੇ ਜਾ ਰਹੇ ਨੇ ਲੇਬਰ ਦਾ ਖਰਚਾ ਵੱਧਦਾ ਜਾ ਰਿਹਾ ਹੈ ਡੀਜ਼ਲ ਪਟਰੋਲ ਜਿਹੜਾ ਪਟਰੋਲ ਡੀਜ਼ਲ ਆਪਣੇ ਟਰੈਕਟਰਾਂ ਚ ਵਰਤਦੇ ਆ ਆਪਾਂ ਮਸ਼ੀਨਰੀ ਲਈ ਵਰਤਦੇ ਆ ਉਹਦਾ ਰੇਟ ਕਿੱਥੇ ਚਲਾ ਗਿਆ ਹਨਾ ਉਹ ਸਾਰੀਆਂ ਚੀਜ਼ਾਂ ਇਧਰੋਂ ਤੇ ਰੇਟ ਵੱਧਦੇ ਜਾ ਰਹੇ ਨੇ ਤੇ ਜਿਹੜੀ ਆਮਦਨ ਸੀ ਕਿਸਾਨ ਦੀ ਉਹ ਥੱਲੇ ਤੁਰੀ ਜਾ ਰਹੀ ਹੈ ਮੈਂ ਇੱਕ ਮਿਸਾਲ ਦੇਣਾ ਜਿਵੇਂ ਅਸਾਮ ਵਿੱਚ ਅਸਾਮੀ ਲੋਕਾਂ ਨੂੰ ਚਾਹ ਦਾ ਬਿਜ਼ਨਸ ਕਰਦੇ ਸੀ ਛੋਟੇ-ਛੋਟੇ ਬਾਗਾਂ ਦੀ ਛੋਟੇ-ਛੋਟੇ ਖੇਤ ਸੀ ਉਹਨਾਂ ਦੇ ਜਦੋਂ ਉਹਨਾਂ ਕੋਲ ਖੇਤ ਛੋਟੇ ਸੀ ਉਹ ਆਪ ਕਰਦੇ ਸੀ ਉਹ ਅਮੀਰ ਸਨ ਫਿਰ ਉਹ ਕੰਪਨੀਆਂ ਗਈਆਂ ਉੱਥੇ ਬੜੀਆਂ ਵੱਡੀਆਂ ਕਾਰਪੋਰੇਟ ਘਰਾਣੇ ਗਏ ਇਹਨਾਂ ਨੇ ਜਾ ਕੇ ਜਿੱਦਾਂ ਲੋਕਾਂ ਕੋਲੋਂ ਵੱਧ ਪੈਸੇ ਦੇ ਕੇ ਉਹ ਠੇਕਿਆਂ ਤੇ ਬਾਗ ਲਏ ਉਸ ਤੋਂ ਬਾਅਦ ਇਹਨਾਂ ਨੇ ਉਹ ਰੇਟ ਡਾਊਨ ਕਰਤੇ ਜਦੋਂ ਇਹ ਇਹਨਾਂ ਨੇ ਰੇਟ ਡਾਊਨ ਕਰਤੇ ਸਸਤੀ ਪੱਤੀ ਦੇਣੀ ਪਈ ਜਿਹੜੇ ਵਿਚਾਰੇ ਆਮ ਲੋਕ ਸੀ ਉਹਨਾਂ ਨੂੰ ਵੀ ਸਸਤੀ ਪੱਤੀ ਦੇਣੀ ਪਈ ਜਦੋਂ ਸਸਤੀ ਪੱਤੀ ਵੇਚਣ ਲੱਪੇ ਉਹਨਾਂ ਦੀ ਆਮਦਨ ਘਟਦੀ ਗਈ ਤੇ ਉਹ ਕਰਜ਼ਾਈ ਹੁੰਦੇ ਗਏ ਉਹ ਜਿਉਂ-ਜਿਉਂ ਕਰਜ਼ਾਈ ਹੁੰਦੇ ਗਏ ਤਿਉਂ-ਤਿਉਂ ਫਿਰ ਉਹ ਕਰਜ਼ਦਾਰ ਹੋ ਕੇ ਤੇ ਉਹ ਕਾਰਪੋਰੇਟ ਘਰਾਣਿਆਂ ਨੂੰ ਖੇਤ ਉਹਨਾਂ ਨੂੰ ਵੇਚਣੇ ਪਏ ਅੱਜ ਉਹ ਵਿਚਾਰੇ ਦਿਹਾੜੀਆਂ ਕਰਦੇ ਇਹੀ ਫਾਰਮੂਲਾ ਕਰੀਬਨ ਇੱਥੇ ਵਰਤਿਆ ਜਾ ਰਿਹਾ ਹੈ। ਔਰ ਅੱਜ ਜਿੰਨੀਆਂ ਵੀ ਸਿਆਸੀ ਪਾਰਟੀਆਂ ਉਹ ਕਰੀਬਨ ਕਰੀਬਨ ਗੁੰਮਰਾਹ ਕਰ ਰਹੀਆਂ ਨੇ। ਇਹ ਮੋਦੀ ਦੀ ਇੱਕ ਥਿਊਰੀ ਆ। ਪਹਿਲਾਂ NRC ਲਿਆਇਆ ਨਾ। ਤੋਂ NRC ਲਿਆਂਦੀ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ, ਮੁਜ਼ਾਹਰੇ ਸ਼ੁਰੂ ਕੀਤੇ ਉਹਨੇ ਉਹਨੇ ਜ਼ਿਆਦਾ ਨਹੀਂ ਕੁਝ ਕਿਹਾ। ਉਹਨੇ ਨੂੰ ਲਮਕਾਇਆ। ਇਹ ਗੱਲ ਸੁਣਨ ਵਾਲੀ ਆ। ਲਮਕਾਉਣ ਤੋਂ ਬਾਅਦ ਫਿਰ ਕੁਝ ਆਪਣੇ ਆਗੂ ਛੱਡੇ। ਜਿਹੜੇ NRC ਦੇ ਜਿਹਦਾ ਵਿਰੋਧ ਵਿੱਚ ਲੋਕ ਬੈਠੇ ਸਨ। ਕੁਝ ਹਮੈਤੀ ਬਣਾ ਕੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਵੰਡ ਦਿੱਤਾ ਲੋਕਾਂ ਨੂੰ ਉਹ ਕਰਦਿਆਂ ਕਰਦਿਆਂ ਇੰਨਾ ਲੰਮਕਾਇਆ ਵੀ ਉਹ ਖਤਮ ਹੀ ਹੋ ਗਿਆ ਮਦਾ ਹੁਣ ਇੱਥੇ ਵੀ ਇਹੀ ਥਿਊਰੀ ਵਰਤੀ ਜਾਣੀ ਆ ਸਰਕਾਰਾਂ ਵੱਲੋਂ ਅਗਰ ਸਾਡੇ ਕਿਸਾਨ ਵੀਰ ਨਾ ਨਾ ਡਟ ਕੇ ਰਹਿ ਜੇ ਤੇ ਛੱਡ ਗਏ ਇਦਾਂ ਵੀ ਚਲੋ ਕਿੰਨੇ ਦਿਨ ਬੈਠਾਂਗੇ ਕੋਈ ਨਹੀਂ ਘਟ ਜਾਣੇ ਨੇ ਉਹ ਅਸਲ ਉਹ ਚਾਹੁੰਦੀ ਇਹੋ ਆ ਵੀ ਇਹ ਘਟ ਜਾਏ ਪਰ ਇਹ ਗੁਰੂ ਦੀ ਕਿਰਪਾ ਹੈ ਪੰਜਾਬ ਆ ਇਹ ਕੋਈ ਬਾਹਰਲੀਆ ਸਟੇਟਾਂ ਨਹੀਂ ਆ ਇੱਥੇ ਤਾਂ ਬੜੀਆਂ-ਬੜੀਆਂ ਲੰਬੀਆਂ ਲੜਾਈਆਂ ਲੜਦੇ ਰਹੇ ਨੇ ਪੰਜਾਬੀ ਸਾਡੇ ਪੰਜਾਬੀ ਲੋਕ ਤੇ ਲੜਦੇ ਹੀ ਰਹਿਣਗੇ ਤੇ ਸਾਨੂੰ ਆਸ ਹੈ ਵੀ ਜੇ ਅਸੀਂ ਏਕਾ ਬਣਾ ਕੇ ਰੱਖਾਂਗੇ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਨੂੰ ਅੱਜ ਮੈਨੂੰ ਖੁਸ਼ੀ ਆ ਸਾਡੇ ਪਿੰਡੋਂ ਸਾਡੇ ਸ਼ੈਡਿਊਲ ਕਾਸਟ ਵੀਰ ਵੀ ਆਏ ਨੇ ਇਹ ਵੀ ਸਾਰੇ ਮਜ਼ਦੂਰ ਨੇ ਕਿਸਾਨ ਵੀ ਮਜ਼ਦੂਰ ਹੈ ਭਾਵੇਂ ਉਹ ਮਾਲਕ ਹੀ ਆ ਪਰ ਹੈ ਅਸੀਂ ਮਜ਼ਦੂਰ ਹੀ ਆ ਅਸੀਂ ਵੀ ਕਿਰਸ਼ ਕਰਦੇ ਆ 6 ਮਹੀਨੇ ਕਰਦੇ ਰਹਿੰਦੇ ਆ 6 ਮਹੀਨੇ ਉਡੀਕਦੇ ਆ 6 ਮਹੀਨੇ ਬਾਅਦ ਉਹ ਫਸਲ ਦਾ ਸਾਨੂੰ ਮੁੱਲ ਮਿਲਣਾ ਕਿ ਨਹੀਂ ਮਿਲਣਾ ਕਦੀ ਤੇ ਉਹ ਕੁਦਰਤੀ ਆਫਤਾਂ ਮਾਰ ਜਾਂਦੀਆਂ ਨੇ ਕਦੀ ਤੇਲਾ ਮਾਰ ਗਿਆ ਕਦੀ ਕੋਈ ਮਾਰ ਗਿਆ ਹਨ ਅਸੀਂ 6 ਮਹੀਨੇ ਉਹ ਮਜ਼ਦੂਰੀ ਨੂੰ ਡੀਕ ਦੇ ਰਹੇ ਨੇ ਅਸੀਂ ਵੀ ਮਜ਼ਦੂਰੀ ਆ ਕਿਸਾਨ ਜਿੰਨੇ ਵੀ ਅਗੇ ਆ ਸਾਡੇ ਵੀਰ ਵੀ ਮਜ਼ਦੂਰ ਨੇ ਸਾਡੇ ਦੁਕਾਨਦਾਰ ਵੀ ਸਾਰੇ ਹੈ ਤਾਂ ਮੈਂ ਸਾਰੇ ਮਜ਼ਦੂਰ ਹੀ ਆ ਪਰ ਇਹ ਸਾਰੇ ਲੋਕ ਅੱਜ ਸ਼ਾਮਲ ਹੋ ਰਹੇ ਆ ਤੇ ਮੈਂ ਖਾਸ ਕਰਕੇ ਆਪਣੇ ਦੁਕਾਨਦਾਰ ਵੀਰਾਂ ਨੂੰ ਵਾਹੇ ਬੇਨਤੀ ਕਰਨੀ ਚਾਹੁੰਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਅਸੀਂ ਕਹਿੰਦੇ ਆ ਨਾ ਸਾਡਾ ਨੌ ਮਾਸ ਦਾ ਰਿਸ਼ਤਾ ਤੇ ਉਹ ਅਸੀਂ ਤਾਂ ਜਾਣੀਏ ਵੀ ਜੇ ਅੱਜ ਸਾਨੂੰ ਕਿਸਾਨ ਨੂੰ ਲੋੜ ਆ ਅੱਜ ਉਹਨਾਂ ਦੇ ਸੰਯੋਗ ਦੀ ਵੀ ਲੋੜ ਆ ਉਹਨਾਂ ਨੂੰ ਭਾਵੇਂ ਇੱਕ ਦਿਨ ਉਹ ਪੂਰਾ ਪੰਜਾਬ ਇੱਕ ਦਿਨ ਬੰਦ ਕਰਨ ਦੁਕਾਨਾਂ ਬੰਦ ਕਰਕੇ ਇਨਾ ਤਰਨੇਵ ਜਾ ਕੇ ਬੈਠਣ ਕਿਉਂਕਿ ਜੇ ਦੁਕਾਨ ਚੱਲਣੀ ਆ ਤੇ ਕਿਸਾਨੀ ਤੇ ਸਾਰਾ ਕੁਝ ਸਾਰਾ ਦਰਮਦਾਰ ਕਿਸਾਨੀ ਦੇ ird gird ਘੁੰਮਦਾ ਹੈ ਕਿਸਾਨ ਕੋਲ ਪੈਸਾ ਆਏਗਾ ਮਨੀਆਰੀ ਵਾਲੇ ਦਾ ਕੰਮ ਚੱਲਣਾ ਕਿਸਾਨ ਕੋਲ ਪੈਸਾ ਆਏਗਾ ਤੇ ਆਮ ਜਿਹੜਾ ਸਟੇਸ਼ਨਰੀ ਜਾਂ ਦੂਜਾ ਸਮਾਨ ਵੇਚਣ ਵਾਲਾ ਬੰਦਾ ਉਹਦਾ ਚੱਲਣਾ ਆ ਸੁਨਿਆਰ ਦਾ ਕੰਮ ਜਿਹੜਾ ਸੋਨੇ ਦਾ ਕੰਮ ਆ ਕਿਸੇ ਨੇ ਸੋਨਾ ਬਣਾਉਣਾ ਉਹ ਵੀ ਉੱਥੋਂ ਚੱਲਣਾ ਕੱਪੜੇ ਵਾਲਿਆਂ ਨੇ ਜੇ ਕਿਸਾਨੀ ਕੋਲ ਕਿਸਾਨ ਕੋਲ ਪੈਸਾ ਆਊਗਾ ਤੇ ਉਹ ਵਿਆਹ ਕਰੂਗਾ ਤੇ ਖਰੀਦਦਾਰੀ ਕਰੂਗਾ ਟੋਟਲ ਮਕੈਨਿਕਲੀ ਲਾ ਲੋ ਜਾਂ ਜਿੰਨੇ ਵੀ ਨੇ ਉਹ ਆ ਬਿਲਡਿੰਗ ਮਟੀਰੀਅਲ ਲਾ ਲੋ ਜੇ ਕਿਸਾਨ ਕੋਲ ਪੈਸਾ ਆਏਗਾ ਤੇ ਦੁਕਾਨ ਵਾਲਿਆਂ ਦੀ ਜੇਬ 'ਚ ਜਾਏਗਾ ਇਹ ਸਾਰਾ ਦਰਮਦਾਰ ਜਿਹੜਾ ਉਹ ਕਿਸਾਨੀ ਦੇ ਇਰ ਦੇ ਘੁੰਮਦਾ ਤੇ ਪੰਜਾਬ ਦਾ ਜਿਹੜਾ ਮੁੱਖ ਕਿਤਾ ਉਹ ਕਿਸਾਨੀ ਹੈ ਤੇ ਜੇ ਕਿਸਾਨੀ ਸਾਡੇ ਹੱਥੋਂ ਨਿਕਲ ਗਈ ਕਾਰਪੋਰੇਟ ਘਰਾਣੇ ਆਉਂਦੇ ਨੇ ਉਹਨਾਂ ਨੇ ਵੱਡੇ ਵੱਡੇ ਮੌਲ ਖੁੱਲਣੇ ਸ਼ੁਰੂ ਹੋ ਗਏ ਤੁਸੀਂ ਵੇਖ ਹੀ ਰਹੇ ਹੋ ਛੋਟਾ ਦੁਕਾਨ ਮਾਰਿਆ ਜਾਏਗਾ ਦੁਕਾਨਦਾਰ ਮਾਰਿਆ ਜਾਊਗਾ ਜਿਹੜਾ ਥੋੜੇ ਥੋੜੇ ਪੈਸੇ ਲਾ ਕੇ ਆਪਣਾ ਗੁਜ਼ਾਰਾ ਕਰਦਾ ਆਪਣਾ ਟੱਬਰ ਪਾਲਦਾ ਔਰ ਉਹਦੀ ਇੱਕ ਸਾਹ ਜੇ ਸਾਡੇ ਪਿੰਡੂ ਲੋਕਾਂ ਨਾਲ ਪਿੰਡਾਂ 'ਚ ਰਹਿਣ ਵਾਲੇ ਆਪਾਂ ਕਿਸੇ ਨੂੰ ਆਧਾਰ ਦੀ ਲੋੜ ਆ ਉਤੋਂ ਜਾ ਕੇ ਪੜ ਲਿਆਉਂਦਾ ਕੋਈ ਮਹੀਨੇ ਬਾਅਦ 2 ਮਹੀਨੇ ਬਗ ਸ਼ਮਾਈ ਵੀ ਪੈਸੇ ਦਿੰਦੇ ਆ ਉਹ ਸਾਂ ਸਾਡੀ ਜਦੋਂ ਉਹ ਦੁਕਾਨਦਾਰ ਵੀ ਮਰ ਗਿਆ ਉਹ ਮੁੱਕ ਜਾਣੀ ਆ ਅਸੀਂ ਨਿਹਥਲ ਹੋ ਜਾਣਾ ਫਿਰ ਅਸੀਂ ਇਹ ਬਿਲਕੁਲ ਹੀ ਕਮਜ਼ੋਰ ਹੋ ਜਾਾਂਗੇ ਇੱਕ ਸਾਂਜ ਹੋਰ ਵੀ ਥੋੜੀ ਜਾ ਰਹੀ ਹੈ ਨਾ ਕਿਸਾਨ ਦਾ ਤਿਆਰਤੀ ਦਾ ਇੱਕ ਰਿਸ਼ਤਾ ਬਣਿਆ ਹੋਇਆ ਵਾ ਸ਼ੁਰੂ ਤੋਂ ਉਤੋਂ ਤੇ ਉਹ ਕਹਿ ਰਹੇ ਸੀ ਵਿਚੋਲੇ ਨੂੰ ਕੱਢ ਦੇਣਾ ਵਿੱਚੋਂ ਆੜਤੀਆ ਨਿਕਲ ਜਾ ਕਿਸਾਨ ਨੂੰ ਫਾਇਦਾ ਮਿਲੂਗਾ ਇਹਦੇ ਵਿੱਚ ਕੀ ਲੱਗਦਾ ਹੈ ਇਹ ਬਿਲਕੁਲ ਸਹੀ ਗੱਲ ਹੈ ਜੀ ਕਿਉਂਕਿ ਜਿੰਨੇ ਹੁਣ ਜੇ ਸਰਕਾਰ ਨੇ ਆ ਖਰੀਦ ਖਤਮ ਕਰ ਦਿੱਤੀ ਆਰਤੀਆ ਨਿਕਲ ਗਿਆ ਅੱਜ ਕਿਸਾਨ ਨੂੰ ਲੋੜ ਹੁੰਦੀ ਹੈ ਨਾ ਕਿਸਾਨ 6 ਮਹੀਨੇ ਤੱਕ ਆਰਤੀਆ ਕੋ ਭਾਵੇਂ ਥੋੜੇ ਥੋੜੇ ਕਰਕੇ ਲਿਉਂਦਾ ਉਹਨੂੰ ਜਿੰਨੀ ਲੋੜ ਹੁੰਦੀ ਹੈ ਉਹਦੇ ਕੋਲੋਂ ਪੈਸੇ ਲੈ ਕੇ ਆਉਂਦਾ ਭਾਵੇਂ ਉਹਨੂੰ ਵਿਆਜ ਦਿੰਦਾ ਹ ਹ ਪਰ ਉਹਦਾ ਕਾਰਜ ਜਿਹੜਾ ਸਬਰ ਜਾਂਦਾ ਕੋਈ ਵੀ ਕੰਮ ਜਿਹੜਾ ਹੁੰਦਾ ਨਾ ਉਹ ਦਿਨ ਰਾਤ ਕਿਸੇ ਵੇਲੇ ਬਿਮਾਰੀ ਵੇਲੇ ਲੋੜ ਪੈ ਸਕਦੀ ਹੈ ਖੁਸ਼ੀ ਗਮੀ ਕਿਸੇ ਵੇਲੇ ਵੀ ਉਹਨੂੰ ਜ਼ਰੂਰਤ ਪੈਂਦੀ ਤੇ ਉਹ ਆਪਣੀ ਜਿਹੜੇ ਜ਼ਰੂਰਤਾਂ ਨੇ ਉਹ ਆਰਤੀ ਕੋਲ ਪੂਰੀਆਂ ਕਰਦਾ ਇਹ ਇੱਕ ਰਿਸ਼ਤਾ ਬੜਾ ਪਿਆਰਾ ਬੜਾ ਵਧੀਆ ਰਿਸ਼ਤਾ ਹੈ ਪਰ ਉਹ ਉਹ ਚੀਜ਼ ਨੂੰ ਐਸ ਚੀ ਨੇ ਖਤਮ ਕਰ ਦੇਣਾ ਤੇ ਇਹ ਸਾਰਾ ਪੈ ਲੈ ਕੇ ਕਿਸਾਨ ਮਾਰੂ ਜਾਂ ਫਿਰ ਜਦੋਂ ਅਸੀਂ ਕਿਹੜੇ ਕਾਰਪੋਰੇਟ ਕਾਰਪੋਰੇਟ ਕਰਾਣੇ ਕੋਲ ਜਾਵਾਂਗੇ ਮੰਗਣ ਵਾਸਤੇ ਕੋਈ ਸਾਨੂੰ ਦੇਗਾ ਪੈਸਾ ਬੈਂਕ ਕੋਲ ਜਾਵਾਂਗੇ ਤੇ ਬੈਂਕਾਂ ਦੀ ਮਾਰੇਠ ਜਿਹੜਾ ਇੱਕ ਰੀ ਕਿਸਾਨ ਆ ਗਿਆ ਉਹ ਮੜ ਕੇ ਉੱਠਦਾ ਨਹੀਂ ਇਹ ਸੱਚ ਜ਼ਮੀਨਾਂ ਅਗਲੇ ਪਹਿਲਾਂ ਇੰਨਾ ਜਾਲ ਪੱਕਾ ਹੁੰਦੇ ਨਾ ਪਹਿਲਾਂ ਰਜਿਸਟਰੀਆਂ ਕਰਾ ਕੇ ਤੇ ਫਿਰ ਐਨ ਕਰਕੇ ਤੇ ਫੇਰ ਦੇਂਦੇ ਉਹ ਕਰਜ਼ਾ ਤੇ ਕਰਜੇ ਦੇ ਵਿਆਜ ਵੀ ਇਹਨੇ ਲੱਗਦੇ ਉਹ ਪਰ ਉਹਦੇ ਵਾਸਤੇ ਵੀ ਸਾਨੂੰ ਲੰਮਾ ਚੱਕਰਾਂ 'ਚ ਪੈਣਾ ਪੈਂਦਾ ਆਰਤੀ ਕੋਲ ਹਥੋਥੀ ਅਸੀਂ ਫੜ ਲਿਉਨੇ ਆ ਸ਼ਾਇਦ ਉਹ ਸਾਡੀ ਜਿਹੜੀ ਹੈ ਨਾ ਉਹ ਇੱਕ ਤਾਂ ਆਰਤੀ ਇਹਦਾ ਰੋਜ਼ਗਾਰ ਵੀ ਖਤਮ ਹੋ ਰਿਹਾ ਤੇ ਦੂਜੀ ਸਾਡੀ ਜਿਹੜੀ ਸਾਂਝ ਹੈ ਉਹਨੂੰ ਤੋੜ ਕੇ ਤੇ ਕਿਸਾਨ ਨੂੰ ਬਿਲਕੁਲ ਅਨਥਾ ਹੀ ਕੀਤਾ ਜਾ ਰਿਹਾ ਸੱਚੀਆਂ ਸਿੱਧੀ ਜਿਹੀ ਗੱਲ ਇਹ ਆ ਇਹ ਸਾਂਝਾਂ ਸਾਡੀਆਂ ਸਨ ਜਿਨ੍ਹਾਂ ਦੇ ਕਰਕੇ ਇਹ ਸਾਰਾ ਪੰਜਾਬ ਚੱਲਦਾ ਹੈ ਤੇ ਇਹ ਸਾਰਾ بڑے بڑے ਕਾਰਪੋਰੇਟ ਘਰਾਣਿਆਂ ਦਾ ਦਿਮਾਗ ਘੁੰਮ ਰਿਹਾ ਮੋਦੀ ਤਾਂ ਵਿਚਾਰਾ ਮੋਰਾ ਅਸਲ ਅਸਲ ਸਰਕਾਰ ਚ ਲਾਉਣ ਡੇ ਨੇ ਕਾਰਪੋਰੇਟ ਘਰਾਣੇ ਇਹ ਅੱਜ ਦੀਆਂ ਗੱਲਾਂ ਥੋੜੀ ਐ ਹੁਣ ਆਪਾਂ ਵੇਖਦੇ ਆ ਨਾ ਮੋਲ ਬਣ ਰਿਹਾ ਕਿੰਨੇ ਕਿੰਨੇ ਤਗੜੇ ਆ ਬਿੱਲ ਤਾਂ ਹੋਣ ਆਣਗੇ ਸ਼ੋਅ ਹੈ ਨਾ ਉਹ ਤਾਂ ਤਿੰਨ ਚਾਰ ਚਾਰ ਸਾਲ ਤੋਂ ਪਹਿਲਾਂ ਤੋਂ ਅਗਲੇ ਬਣਾ ਲੇ ਉਹ ਕਿਉਂ ਬਣਾ ਲੇ ਨੇ ਉਹਨਾਂ ਨੇ ਕਿਉਂਕਿ ਇਹ ਸਾਰਾ ਪਲਾਨ ਉਹਨਾਂ ਦਾ ਹੈ ਕਾਰਪੋਰੇਟ ਘਰਾਣੇ ਹੀ ਤੁਹਾਡੇ ਤੇ ਰਾਜ ਕਰਨਾ ਚਾਹੁੰਦੇ ਆ ਤੇ ਜੇ ਕਿਸਾਨ ਸਾਡੇ ਨਾ ਜਾਗੇ ਅੱਜ ਲੋੜ ਐ ਸਾਨੂੰ ਮਤਲਬ ਸਮਝਣ ਦੀ ਹਰ ਇੱਕ ਗੱਲ ਨੂੰ ਇੱਕ ਦੂਸਰੇ ਨੂੰ ਸਮਝਾਈਏ ਪਿੰਡਾਂ ਚ ਆਪਾਂ ਇੱਕ ਦੂਸਰੇ ਨਾਲ ਜਿੱਦਾਂ ਸਾਂਝ ਕਰਦੇ ਆ ਨਾ ਗੱਲਾਂ ਇੱਕ ਦੂਜੇ ਨੂੰ ਸਮਝਾਈਏ ਜਦ ਤੱਕ ਅਸੀਂ ਉਹ ਪਾਰਟੀਆਂ ਦੇ ਚੱਕਰ ਚੜੇ ਰਹੇ ਨਾ ਵੀ ਮੈਂ ਕਾਂਗਰਸੀ ਮੈਂ ਕਾਲੀ ਮੈਂ ਇਹਦੇ ਨਾਲ ਹੀ ਤੁਰਨਾ ਮੈਂ ਇਹਦੇ ਨਾਲ ਹੀ ਤੁਰਨਾ ਉਹਨਾਂ ਚਿਰ ਇਹ ਗੱਲ ਨਹੀਂ ਬਣਨੀ ਇਹ ਲੜਾਈਆਂ ਲੰਮੀ ਚੱਲੇਗੀ ਕਿਉਂਕਿ ਉਹ ਬਾਣੀਆਂ ਆ ਉੱਪਰ ਬੈਠਾ ਹੋਇਆ ਉਹ ਬਾਣੀਆਂ ਕਰਕੇ ਫਿਰ ਉਹਨਾਂ ਨਾਲ ਲੜਨਾ ਬੜਾ ਔਖਾ ਉਹ ਦਿਮਾਗ ਨਾਲ ਲੜਦਾ ਸਾਡੇ ਲੋਕ ਜਜ਼ਬਾਤੀ ਆ ਇੱਕ ਗੁਰੂ ਦੀ ਕਿਰਪਾ ਵੀ ਹੈ ਜਜਬਾਤ ਨਾਲ ਵੀ ਲੜਦੇ ਫਤਿਹ ਜ਼ਰੂਰ ਪਾਉਂਦੇ ਆ। ਔਰ ਸਾਨੂੰ ਖੁਸ਼ੀ ਦੀ ਗੱਲ ਹੈ ਆ ਵੇਖੋ ਅੱਜ ਇੰਨਾ ਧਰਨਿਆ 'ਚ ਹਰ ਇੱਕ ਬੰਦਾ ਸਜੋ ਕਰ ਰਿਹਾ। ਸਾਨੂੰ ਇੱਕ ਲਾਂਮਾ ਮਿਲਦਾ ਸੀ ਵੀ ਕਾਰਸੇਵਾ ਵਾਲੇ ਮਹਾਂਪੁਰਖ ਨਹੀਂ ਆਏ। ਮੈਨੂੰ ਅੱਜ ਕਰੀਬਨ 10-12 ਦਿਨ ਤੋਂ ਜ਼ਿਆਦਾ ਹੋ ਗਿਆ ਆਪਾਂ ਇੱਥੇ ਆਉਂਦੇ ਰਹਿਨੇ ਆ। ਉਸ ਦਿਨ ਤੋਂ ਹੀ ਜਦੋਂ ਤੋਂ ਧਰਨਾ ਸ਼ੁਰੂ ਆ ਉਸ ਤੋਂ ਥੋੜੇ ਦਿਨ ਬਾਅਦ ਹੀ ਇੱਥੇ ਕਾਰਸੇਵਾ ਵਾਲੇ ਮਹਾਂਪੁਰਖਾਂ ਨੇ ਲੰਗਰ ਲਾਏ ਹੋਏ ਨੇ। ਰਾਤ ਦਿਨ ਉਸ ਨਾਲ ਬੈਠੇ ਨੇ। ਹਾਂਜੀ ਇਹ ਸਾਰੇ ਧਰਨੇ ਜਿਹੜੇ ਆ ਇਹ ਬੜੀ ਕਿਰਪਾ ਨਾਲ ਚੜ੍ਹਦੀ ਕਲਾ ਨਾਲ ਚੱਲਦੇ ਰਹਣੇ ਨੇ ਜਦ ਤੱਕ ਇਹ ਮੋਰਚਾ ਫਤਿਹ ਨਹੀਂ ਹੁੰਦਾ ਔਰ ਸਾਰੇ ਸੰਯੋਗ ਦੇ ਰਹੇ ਨੇ ਜਿੰਨਾ ਜਿੰਨਾ ਵੀ ਹੋ ਸਕਦਾ ਕੋਈ ਸਾਹਮਣੇ ਆ ਰਿਹਾ ਕੋਈ ਸਾਹਮਣੇ ਨਹੀਂ ਆ ਰਿਹਾ ਪਰ ਗੁਰੂ ਦੀ ਕਿਰਪਾ ਨਾਲ ਸਾਰੇ ਸੰਯੋਗ ਸਾਰਿਆਂ ਦਾ ਧੰਨਵਾਦ ਆ ਤੇ ਸਾਰਿਆਂ ਨੂੰ ਇਹ ਸਹਿਯੋਗ ਕਰਨਾ ਚਾਹੀਦਾ ਤੁਹਾਡੇ ਮੀਡੀਆ ਦਾ ਵੀ ਬਹੁਤ ਧੰਨਵਾਦ ਆ ਕਿ ਤੁਸੀਂ ਇਹਨਾਂ ਮਸਲਿਆਂ ਨੂੰ ਤੁਸੀਂ ਲੋਕਾਂ ਦੇ ਸਾਹਮਣੇ ਲਿਆ ਰਹੇ ਹੋ ਇਸ ਹਨ ਜੁਰੀ ਰਾਗੀ ਪਾਇਪਲੰਦਰ ਸਿੰਘ ਦਾ ਲੋਪੋ ਕੇ ਜਿਨ੍ਹਾਂ ਦੇ ਕਿ ਪਿੰਡ ਦੇ ਤੋਂ ਸੰਗਤ ਆਈ ਹੈ ਤੇ ਨਾਲ ਖੁਦ ਆ ਪਹੁੰਚੇ ਤੇ ਇੱਕੋ ਗੱਲ ਕਹੀ ਜਾ ਰਹੀ ਆ ਕਿ ਕਾਰਪੋਰੇਟ ਘਰਾਣੇ ਸਾਡੇ ਤੇ ਕਾਬਜ ਹੋਣ ਜਾ ਰਹੇ ਆ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਕਾਬਜ ਨਹੀਂ ਹੋਣ ਦਵਾਂਗੇ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਤ ਨਹੀਂ ਹੋਣ ਦਿੱਤੀਆਂ ਜਾਣਗੀਆਂ ਕਿਸਾਨ ਜਾਗਰੂਕ ਹੋ ਚੁੱਕਾ ਵਾ ਬੇਸ਼ੱਕ ਸਾਨੂੰ ਹਾਕਮ ਲੜ ਕੇ ਲੈਣੇ ਪੈਂਦੇ ਆ ਪਰ ਲੜ ਕੇ ਲੈਣੇ ਵੀ ਸਾਨੂੰ ਆਉਂਦੇ ਆ ਜੇ ਅਸੀਂ 80% ਕੁਰਬਾਨੀਆਂ ਦੇ ਕੇ ਭਾਰਤ ਦੇ ਸਜਾਦ ਕਰਾ ਸਕਦੇ ਆ ਤੇ ਇਹ ਕੁਰਬਾਨੀ ਸਾਨੂੰ ਦੇਣੀ ਵੀ ਪਊਗੀ ਤੇ ਅਸੀਂ ਫੇਰ ਵੀ ਇਸ ਕੁਰਬਾਨੀ ਦੇਣ ਨੂੰ ਵੀ ਤਿਆਰ ਆ ਜਿਹਦੇ ਨਾਲ ਕਿ ਆਰਡੀਨੈਂਸ ਜਿਹੜਾ ਬਿੱਲ ਬਣ ਚੁੱਕਾ ਵਾ ਇਹਨੂੰ ਭਾਰਤ ਸਰਕਾਰ ਨੂੰ ਵਾਪਸ ਲੈਣਾ ਪਊਗਾ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ